ਵੱਡਾ ਜਾਮ ਲੱਗ ਚੁੱਕਿਆ ਹੋਇਆ। ਤੁਹਾਨੂੰ ਕਾਰਨ ਦੱਸ ਦਿੰਦੇ ਹਾਂ, ਅੱਜ ਸਵੇਰੇ ਸਥਾਨਕ ਕਸਬਾ ਲਾਡੋਵਾਲ ਦੇ ਚੌਕ ਦੇ ਵਿੱਚ ਕੰਟੇਨਰ ਟਰੱਕ ਪਲਟ ਜਾਂਦਾ, ਜਿਸ ਕਰਕੇ ਟਰੱਕ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਜਾਂਦਾ। ਉੱਥੋਂ ਦੀਆਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਲਾਡੋਵਾਲ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ਦੇ ਉੱਤੇ 2 ਕਿਲੋਮੀਟਰ ਲੰਬਾ ਜਾਮ ਲੱਗ ਚੁੱਕਿਆ। ਸੂਚਨਾ ਮਿਲਦੇ ਹੀ ਲਾਡੋਵਾਲ ਪੁਲਿਸ ਮੌਕੇ ਤੇ ਪਹੁੰਚੀ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਕਰੇਨ ਦੀ ਮਦਦ ਦੇ ਨਾਲ ਦੋਵੇਂ ਵਾਹਨਾਂ ਨੂੰ ਹਾਈਵੇ ਤੋਂ ਹਟਾਉਣ ਦਾ ਵੀ ਕੰਮ ਸ਼ੁਰੂ ਕੀਤਾ ਗਿਆ। ਤਾਂ ਜਲੰਧਰ ਲੁਧਿਆਣਾ ਰੋਡ ਤੇ ਵੱਡਾ ਜਾਮ ਲੱਗ ਚੁੱਕਿਆ, ਲੋਕੀ ਵੀ ਖੱਜਲ ਖੁਆਰ ਹੋ ਰਹੇ ਨੇ। ਜੇਕਰ ਤੁਸੀਂ ਵੀ ਉਧਰਲੇ ਪਾਸੇ ਜਾਣਾ ਚਾਹੁੰਦੇ ਹੋ ਤਾਂ ਜ਼ਰੂਰ ਇਸ ਖਬਰ ਨੂੰ ਪੂਰਾ ਦੇਖ ਕੇ ਜਾਣਾ, ਕਿਉਂਕਿ ਇਹ ਜਿਹੜਾ ਉੱਥੇ ਟਰੱਕ ਪਲਟਿਆ, ਕੰਟੇਨਰ ਟਰੱਕ ਪਲਟਿਆ, ਜਿਸ ਕਰਕੇ ਡਰਾਈਵਰ ਜ਼ਖਮੀ ਹੋਇਆ, ਉੱਥੇ ਵੱਡਾ ਜਾਮ ਦੇਖਣ ਨੂੰ ਮਿਲਿਆ। ਤਸਵੀਰਾਂ ਸਿੱਧੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਲੁਧਿਆਣਾ ਰੋਡ ਦੇ ਉੱਤੇ ਲਾਡੋਵਾਲ ਦੇ ਚੌਂਕ ਦੇ ਵਿੱਚ ਟਰੱਕ ਪਲਟਣ ਕਾਰਨ ਡਰਾਈਵਰ ਵੀ ਜ਼ਖਮੀ ਹੋਇਆ। ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ 'ਤੇ 2 ਕਿਲੋਮੀਟਰ ਲੰਬਾ ਜਾਮ ਲੱਗ ਚੁੱਕਿਆ ਹੋਇਆ। ਪੁਲਿਸ ਮੌਕੇ 'ਤੇ ਪਹੁੰਚੀ ਹੈ ਅਤੇ ਕਰੇਨ ਦੀ ਮਦਦ ਨਾਲ ਦੋਵੇਂ ਵਾਹਨਾਂ ਨੂੰ ਜਿਹੜਾ ਹਾਈਵੇ ਤੋਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।